subscribe our channel for latest updates. रब मेरे दिन ये ना ढले वो जो मुझे ख्वाब में मिले। लाख सरहदें खींचते दुनिया वाले जमी पर फूल तो उग ही पड़ते हैं कांटों के दरमिया। इस शायर दी मिसाल नू परवान चढ़ाया नाभा दे एक नौजवान ने, जिसने अफगानिस्तान दी काबुल दी रहन वाली लड़की नबीजादा फरिश्ता नाल मुहब्बत करके उसनू अपना हम सफर चुनिया। उन्होंने यह साबित कर दिता है कि इश्क दे विच ना कोई सरहदां हुंदियां ने ते ना ही कोई पहरे लगते ने। जिथे अफगानिस्तान ते भारत दे आपसी तालुकात ठीक नहीं हन, उत्थे ही नाभे दे इस नौजवान ने अफगानिस्तान दे लड़की नाल रिश्ता बना के प्यार दी एक अनोखी मिसाल कायम कीती है। असी दिल्ली मिले सीगे, तकरीबन बिफोर टू मंथ पहला मिले सीगे असी। उस तो बाद इधर गलबात चलती रही, असी इन्हों पुछया तुम्हें किदा का पंजाब चाहे साढ़े को रहे घर रहे, साडा खाना पीना रिवाज इन्हों सब एवरीथिंग है ना चंगा लग्या, जो भी कह लो बहुत चंगी है। मेरी वाइफ बहुत प्यार करते हैं इधर के लोगों को, पंजाब को बहुत पसंद करते हैं। गुड फील बिकॉज जिंदगी में पैसे मुहिम नहीं है, वो प्यार सच वो मुहिम है, मेरे से पैसे मुहिम नहीं है, बस गुड फील। इंटरनेशनल एयरपोर्ट अफगानिस्तान काबुल दी रहन वाली नबीजादा फरिश्ता ते पंजाब दे रियासती शहर नाभा दे रहन वाले जाहिद अली इंग्लैंड तो वापस अपने घर आ रहे सी, तां दिल्ली एयरपोर्ट ते नबीजादा फरिश्ता नाल प्यार हो गया अते इह प्यार थोड़े समय बाद ही व्याह दे बंधन विच बन गया। व्याह तो पहला नबीजादा फरिश्ता दे माता पिता नाल व्याह दी गल जाहिद अली दे माता पिता वल्लों कीती गई ਅਤੇ ਬਾਅਦ ਦੇ ਵਿੱਚ ਨਬੀਜ਼ਾਦਾ ਫਰਿਸ਼ਤਾ ਦੇ ਮਾਤਾ ਪਿਤਾ ਵਿਆਹ ਲਈ ਤਿਆਰ ਹੋ ਗਏ। ਇਸ ਵਿਆਹ ਨੇ ਹਰ ਇੱਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜਿੱਥੇ ਲੋਕ ਲੱਖਾਂ ਕਰੋੜਾਂ ਰੁਪਏ ਦੇ ਵਿੱਚ ਵਿਆਹ ਕਰਦੇ ਨੇ, ਇਸ ਪਰਿਵਾਰ ਨੇ ਵਿਲੱਖਣੀ ਮਿਸਾਲ ਕਾਇਮ ਕਰਕੇ ਆਪਣੀ ਵੱਖਰੀ ਹੀ ਪਹਿਚਾਣ ਬਣਾ ਲਈ ਹੈ। ਜ਼ਾਹਿਦ ਅਲੀ ਆਪਣੀ ਪਤਨੀ ਦੇ ਨਾਲ ਨਿਕਾਹ ਕਰਾਉਣ ਦੇ ਲਈ ਕਾਰ ਦੀ ਬਜਾਏ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਿਆ। ਬਸ ਭਾਅ ਜੀ, ਕਾਰਾਂ ਕੂਰਾਂ ਦੇ ਖਰਚੇ ਨਾਲੋਂ ਇੱਦਾਂ ਮੈਂ ਕਿਹਾ ਚਲੋ ਕੋਈ ਵੱਖਰਾ ਜਿਹਾ ਕਰਕੇ ਦਿਖਾਈਏ, ਵੱਖਰਾ ਜਿਹਾ ਹੋ ਗਿਆ। ਬਾਈਕ 'ਤੇ ਵਾਈਫ ਨੂੰ ਲੈ ਕੇ ਆਇਆ ਆਪਣੇ ਘਰ। ਨਬੀਜ਼ਾਦਾ ਅਤੇ ਜ਼ਾਹਿਦ ਦਾ ਵਿਆਹ ਬਹੁਤ ਖਾਸ ਹੈ ਕਿਉਂਕਿ ਇਹਨਾਂ ਨੇ ਦੁਨੀਆ ਨੂੰ ਪਿਆਰ ਦੀ ਪਰਿਭਾਸ਼ਾ ਦੱਸੀ ਹੈ ਕਿ ਅਸਲੀ ਮੁਹੱਬਤ ਅਸਲ 'ਚ ਹੁੰਦੀ ਕੀ ਹੈ, ਅਤੇ ਉਹਨਾਂ ਨੇ ਸਰਹੱਦਾਂ ਅਤੇ ਭਾਸ਼ਾ ਦੀ ਪਰਵਾਹ ਨਾ ਕਰਦੇ ਹੋਏ ਇੱਕ ਦੂਜੇ ਨਾਲ ਵਿਆਹ ਕਰਵਾਇਆ। ਅਤੇ ਸਭ ਤੋਂ ਖਾਸ ਗੱਲ ਇਸ ਵਿਆਹ ਦੀ ਇਹ ਵੀ ਰਹੀ ਕਿ ਇਹਨਾਂ ਨੇ ਆਪਣਾ ਵਿਆਹ ਬਹੁਤ ਸਾਦੇ ਤਰੀਕੇ ਨਾਲ ਸਿਰਫ 22 ਰੁਪਏ ਵਿੱਚ ਹੀ ਕੀਤਾ। ਬਹੁਤ ਗਰੀਬੋ ਗਰੀਬੀ, ਇੱਕ 11 ਰੁਪਏ ਨਾਲ ਨਿਕਾਹ ਕਰ ਰਹੇ ਹਾਂ ਜੀ, ਅਤੇ ਸਾਡੇ ਵੱਲੋਂ ਬਸ ਲੜਕੀ ਦਾ ਦਾਨ ਬਹੁਤ ਆ, ਹੋਰ ਤੁਸੀਂ ਕੁਛ ਨਹੀਂ ਲੈਣਾ, ਬਸ ਇੱਕ 11 ਰੁਪਏ ਦੇ ਵਿੱਚ। ਅਤੇ ਬੇਟਾ ਵੀ ਮੇਰਾ ਦੁਲਹਨ ਨੂੰ ਮੋਟਰਸਾਈਕਲ ਦੇ ਉੱਤੇ ਲੈ ਕੇ ਆਇਆ, ਬਸ ਹੋਰ ਸਾਨੂੰ ਸਭ ਕੁਛ ਅੱਲਾਹ ਪਾਕ ਨੇ ਦਿੱਤਾ ਹੋਇਆ, ਸ਼ੁਕਰ ਹੈ ਮੇਰੇ ਮਾਲਕ ਦਾ। ਲੜਕੀ ਅਫਗਾਨਿਸਤਾਨ ਤੋਂ ਆ, ਮੁੰਡਾ ਪਹਿਲਾਂ ਸਾਡਾ ਇੰਗਲੈਂਡ ਰਿਹਾ ਜੀ 2.5 ਸਾਲ, ਉਸ ਤੋਂ ਬਾਅਦ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਅਸੀਂ ਮੰਗਵਾ ਲਿਆ ਜੀ। ਹਿੰਦੁਸਤਾਨ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਇਹੋ ਜਿਹੇ ਵਿਆਹ ਕਰਨੇ ਚਾਹੀਦੇ ਨੇ, ਕਿਸੇ ਦੇ ਦਾਜ ਨਹੀਂ ਮੰਗਣਾ ਚਾਹੀਦਾ ਕਿਸੇ ਕੋਲੋਂ, ਉਹ ਬਹੁਤ ਮਾੜੀ ਗੱਲ ਆ। ਮੇਰੀ ਜ਼ਿੰਦਗੀ ਦਾ ਪਹਿਲਾ ਨਿਕਾਹ ਇਹ 11 ਰੁਪਏ 'ਚ ਹੋਣਾ, ਨਹੀਂ ਤਾਂ ਬਹੁਤ ਦੇ ਦਿੰਦੇ ਨੇ, 500-500 ਹਜ਼ਾਰ ਦੇ ਦਿੰਦੇ ਨੇ। ਬਹੁਤ ਅੱਛਾ ਐਸਾ ਹੀ ਹੋਣਾ ਚਾਹੀਦਾ ਤਾਂ ਕਿ ਸਾਦਾ ਸ਼ਾਦੀ ਹੋਵੇ ਤਾਂ ਬਿਹਤਰ ਹੈ, ਨਾ ਪੈਲਸ ਹੋਵੇ ਨਾ ਕੋਈ ਬੜਾ ਨਿਕਾਹ, ਇਸੀ ਜਗ੍ਹਾ ਬਹੁਤਾ ਗੱਲ ਇਕੱਠ ਕਰਿਆ ਜਾਵੇ, ਇਹੀ ਜ਼ਿਆਦਾ ਫਾਇਦੇਮੰਦ ਹੈ। ਇਹੀ ਇਸਲਾਮ ਦਾ ਤਰੀਕਾ ਇਹੀ ਹੈ, ਜਿਤਨੀ ਮਹਿਰ ਘੱਟ ਭਰੇ ਜੋ ਉਹ 'ਚ ਬਰਕਤ ਹੈ, ਉਸ ਨਿਕਾਹ 'ਚ ਬਰਕਤ ਹੈ ਜਿੰਨਾ ਮਹਿਰ ਘੱਟ ਹੋਊਗਾ। ਕਹਿੰਦੇ ਨੇ ਹਸਰਤਾਂ ਸ਼ਿੱਦਤਾਂ ਨਾਲ ਪੂਰੀਆਂ ਹੁੰਦੀਆਂ ਨੇ, ਰੇਤ 'ਤੇ ਲਿਖੇ ਅਲਫਾਜ਼ ਅਕਸਰ ਹੀ ਹਵਾ ਨਾਲ ਉੱਡ ਜਾਂਦੇ ਨੇ। ਨਾਭਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।